ਐਸਆਈਓ ਮਹਿਕਮੇ ਚ ਨਹੀਂ ਮੈਂ ਨਹੀਂ ਕੁਛ ਨਹੀਂ ਅੰਮ੍ਰਿਤਸਰ ਤੋਂ ਤੁਹਾਡੀ ਉਹਨੇ ਡਿਊਟੀ ਲਾਈ ਆ ਪਰ ਦੋਸ਼ੀ ਫੜਨ ਲਈ ਪਰ ਤੁਸੀਂ ਸ਼ਰਾਬ ਪੀ ਰਹੇ ਹੋ ਮੈਂ ਕੋਈ ਸ਼ਰਾਬ ਪੀਂਦਾ ਹਾਂਜੀ ਮੈਂ ਨਹੀਂ ਪੀਂਦਾ ਸ਼ਰਾਬ ਨਹੀਂ ਤੁਸੀਂ ਬੇਅਦਬੀ ਹੈ ਦੋਸ਼ੀ ਫੜਨ ਲਈ ਉਰੇ ਆਏ ਹੋ ਹਾਂਜੀ ਪਰ ਸ਼ਰਾਬ ਪੀ ਰਹੇ ਹੋ ਤੁਸੀਂ ਮੈਂ ਨਹੀਂ ਪੀਂਦਾ ਨਹੀਂ ਹੁਣ ਹੋਰ ਕਿਹਦੇ ਵਾਸਤੇ ਲਈ ਆ ਨਹੀਂ ਹੁਣ ਤੁਸੀਂ ਕੈਮਰਾ ਲੈ ਕੇ ਕਿੱਥੋਂ ਭੇਜੋਗੇ ਜਿੱਥੇ ਮਰਜ਼ੀ ਭੇਜ ਦਿਓ ਨਹੀਂ ਤੁਸੀਂ ਸ਼ਰਾਬ ਕਾਹਦੇ ਵਾਸਤੇ ਮਰਜ਼ੀ ਭੇਜ ਦਿਓ ਇਹ ਕੋਈ ਚੀਜ਼ ਨਹੀਂ ਸੀਐਮ ਸਾਹਿਬ ਮੈਂ ਮੇਰੀ ਗੱਲ ਸੁਣੋ ਸਰਕਾਰ ਬਹੁਤ ਸਖਤ ਆ ਤੁਹਾਡੇ ਤੇ ਐਕਸ਼ਨ ਭੁੱਖੀ ਪੀਤੀ ਆ ਜੇ ਮੈਂ ਆਪਣੀ ਡਰੈਕਟ ਲਈ ਆ ਜੇ ਮੈਂ ਕੁਛ ਹੋਰ ਆ ਮੈਂ ਆਪਣੇ ਆਪਣੇ ਰਹਿਸ਼ ਵਾਸਤੇ ਮੈਂ ਆਪਣੇ ਦਿਮਾਗ ਮਨ ਨੂੰ ਰੈਸਟ ਵਾਸਤੇ ਮੈਂ ਬਿਮਾਰ ਬੰਦਾ ਮੈਂ ਲਈ ਆ ਨਹੀਂ ਸਰਕਾਰ ਬਹੁਤ ਸਖਤ ਆ ਤੁਹਾਡੇ ਤੇ ਐਕਸ਼ਨ ਲੈ ਸਕਦੀ ਹੈ ਉਹ ਤਾਂ ਹੈਗੀ ਆ ਕੋਈ ਗੱਲ ਬਿਲਕੁਲ ਡਰ ਨਹੀਂ ਲੱਗਦਾ ਜੀ ਕਾਰਵਾਈ ਤੋਂ ਨਹੀਂ ਕਰ ਲਓ ਅੱਜ ਡਰ ਤੁਹਾਡਾ ਕੰਮ ਤਾਂ ਸਿਰਫ ਜਨਤਾ ਦੇ ਮੁੱਦੇ ਚੱਕਣ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਜਨਤਾ ਅਸੀਂ ਸਵੇਰ ਤੋਂ ਲੈ ਕੇ 14-15 ਘੰਟੇ ਆਪਣੇ ਰੋਟੀ ਕਰਦੇ ਹਾਂ ਤੁਸੀਂ ਕਰਦੇ ਹੋ ਰੋਟੀ ਨਹੀਂ ਜੇ ਡਿਊਟੀ ਨਹੀਂ ਹੁੰਦੀ ਰਿਜ਼ਾਈਨ ਕਰ ਦਿਓ ਨਾ ਤੁਸੀਂ ਕਰਦੇ ਕੀ ਪਤਾ ਤੁਹਾਡੇ ਨਾਲ ਵਾਧੂ ਹੋਵੇ ਸਾਡੀ ਟੈਕਸ ਦਿੰਦੇ ਹੋ ਕੀ ਪਤਾ ਸਾਡੀ 18 ਘੰਟੇ ਹੋਵੇ ਮੈਂ 90,000 ਰੁਪਏ ਟੈਕਸ ਦਿੱਤਾ ਤੇ ਟੈਕਸ ਮਾਜੀ ਆ ਤੇ ਹੁਣ ਆ ਜਿਹੜਾ ਜੇ ਮੈਂ ਖਰੀਦੀ ਵੀ ਆ ਉਹਦਾ ਮੈਂ ਟੈਕਸ ਦਿੱਤਾ ਜੇ ਟੈਕਸ ਦੇਣਾ ਸਰਕਾਰ ਮੈਂ ਟੈਕਸ ਦਿੱਤਾ ਜੀ ਠੀਕ ਨਹੀਂ ਜੇ ਮੈਂ ਭੁੱਖੀ ਖਰੀਦੀ ਆ ਜੇ ਮੈਂ ਚਿੱਟਾ ਖਰੀਦਿਆ ਤਾਂ ਮੈਨੂੰ ਦੱਸੋ ਚਿੱਟਾ ਖਰੀਦਦੇ ਤੁਸੀਂ ਜੀ ਚਿੱਟਾ ਤੁਸੀਂ ਮੈਨੂੰ ਦੱਸੋ ਮੈਂ ਚਿੱਟਾ ਖਰੀਦਿਆ ਤੁਸੀਂ ਕਹਿ ਰਹੇ ਹੋ ਬੈਖਿਆ ਜੀ ਤਾਂ ਫਿਰ ਤੁਸੀਂ ਦੱਸੋ ਨਹੀਂ ਦਾਰੂ ਜਿਹੜਾ ਤੁਸੀਂ ਦੱਸੋ ਬਈ ਦਾਰੂ ਕੀ ਪੀਣੀ ਮੈਂ ਵਰਦੀ ਪਾਈ ਆ ਹੈ ਤਾਂ ਪੁਲਿਸ ਵਾਲੇ ਡਿਊਟੀ ਲੱਗੀ ਨਹੀਂ ਮੈਂ ਪੁਲਿਸ ਵਾਲਾ ਹਾਂ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਨਾਲ ਜੇ ਮਰਜ਼ੀ ਹੋਵੇ ਤੁਹਾਡੀ ਗੱਡੀ ਨਾਲ ਐਕਸੀਡੈਂਟ ਹੋਇਆ ਬੰਦਾ ਸੀਰੀਅਸ ਆ ਜੀ ਗੱਲ ਸੁਣ ਤੁਸੀਂ ਪੀਨੇ ਆ ਤਾਂ ਤੁਸੀਂ ਲੋਕਾਂ ਨੇ ਤੁਹਾਨੂੰ ਘੇਰਿਆ ਹੋਇਆ ਉੱਥੇ ਮੇਰੀ ਗੱਲ ਸੁਣੋ ਸ੍ਰੀ ਮਾਨ ਜੀ ਤੁਸੀਂ ਤੁਸੀਂ ਲੋਕਾਂ ਤੋਂ ਬਚ ਕੇ ਆ ਕੇ ਫੇਰ ਠੇਕੇ ਤੋਂ ਸ਼ਰਾਬ ਲੈਂਦੇ ਹੋ ਤੁਸੀਂ ਪੀਨੇ ਹੋ ਤਾਂ ਤੁਸੀਂ ਟੈਕਸ ਦੇ ਰਹੇ ਹੋ ਆਪਣੇ ਦੂਆ ਤੋਂ ਮੇਰਾ ਸਵਾਲ ਤਾਂ ਇਹ ਆ ਜੀ ਤੁਸੀਂ ਹਾਲਾਤ ਜਿਹੜੇ ਨੇ ਜਿਹੜੇ ਇਸ ਟਾਈਮ ਹਾਲਾਤ ਬਣੇ ਨੇ ਤੁਹਾਡੇ ਸ੍ਰੀ ਮਾਨ ਜੀ ਤੁਸੀਂ ਆਪਣੇ ਮੂੜੀ ਆਪਣੀ ਮੀਡੀਆ ਬਣਾਉਂਦੇ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਜਿਹੜੇ ਹਾਲਾਤਾਂ 'ਚ ਤੁਸੀਂ ਖਰੀਦਣ ਆਏ ਹੋ ਕਿ ਜਾਇਜ਼ ਆ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਲੋਕ ਵਿਰੋਧ ਕਰ ਰਹੇ ਹੋ ਤੁਸੀਂ ਫੇਰ ਸ਼ਰਾਬ ਲੈ ਰਹੇ ਹੋ ਅਸੀਂ ਬੈਠੇ ਹਾਂ ਜੀ ਬੈਠੇ ਤੁਸੀਂ ਸ਼ਰਿਆਂ ਫੇਰ ਤੁਸੀਂ ਸ਼ਰਿਆਂ ਫੇਰ ਸ਼ਰਾਬ ਲੈ ਰਹੇ ਹੋ ਅਸੀਂ ਬੈਠੇ ਹਾਂ ਅਸੀਂ ਬੈਠੇ ਅਸੀਂ ਬੈਠੇ ਤੁਹਾਨੂੰ ਬਿਲਕੁਲ ਡਰ ਨਹੀਂ ਹੈਗਾ ਸਾਨੂੰ ਕੋਈ ਡਰ ਨਹੀਂ ਅਸੀਂ ਆਪਣੇ ਟੈਕਸ ਦਿੱਤਾ ਗੌਰਮੈਂਟ ਦੇ ਟੈਕਸ ਦੇ ਅਸੀਂ ਆਪਣੇ ਲਈ ਆ ਜਦੋਂ ਆਪਣੇ ਰੂਹ ਕਰੂਗੀ ਆਪਣੇ ਜੋ ਸੋਨਾ ਹੋਊ ਆਪਣੇ ਕਰ ਲਵਾਂਗੇ ਆਪਾਂ ਰੋਟੀ ਖਾ ਕੇ ਆਉਂਦੇ ਹਾਂ ਜਿਹੜੀ ਸਿੱਧੀ ਸਿੱਧੀ ਇੱਕ ਗੱਲ ਦੱਸ ਦਿੰਦੇ ਆਪਾਂ ਰੋਟੀ ਖਾ ਕੇ ਆਉਂਦੇ ਹਾਂ ਉਹ ਬੰਦਾ ਰੋਂਗ ਸਾਈਡ ਤੇ ਆਉਂਦੇ ਸੀ ਉਹ ਇੱਕ ਮਿੰਟ ਮੇਰਾ ਉਹ ਨਸ਼ੇ ਨੁਸ਼ੇ ਕੀਤਾ ਸੀ ਸਿੱਧਾ ਗੱਡੀ ਵੱਜਾ ਆਪਾਂ ਗੱਡੀ ਸਾਈਡ ਤੇ ਲੈ ਗਈ ਨਹੀਂ ਗੱਡੀ ਆਪਣੀ ਚ ਵੱਜਾਈ ਨਹੀਂ ਮੇਰੀ ਗੱਡੀ ਚ ਵੱਜਾ ਤੇ ਉਹ ਕਿੰਨੇ ਟਾਈਮ ਦਾ ਉੱਥੇ ਪਿਆ ਹੋਇਆ ਉਹਨੂੰ ਕੋਈ ਲਿਜਾਣ ਦੀ ਕੋਸ਼ਿਸ਼ ਕੀਤੀ ਲਿਜਾਣ ਦਾ ਤੇ ਇਹਨਾਂ ਨੇ ਮੌਕੇ ਨਹੀਂ ਦੇਣ ਦੇ ਤੁਸੀਂ ਡਿਊਟੀ ਕਿੱਥੇ ਤੁਹਾਡੀ ਅਸੀਂ ਤਾਂ ਕਹਿ ਰਹੇ ਡਿਊਟੀ ਤੇ ਇਹ ਪੰਜਾਬ ਪੂਰੇ ਦੇ ਵਿੱਚ ਮਾ ਸਾਡੀ ਟੀਮਾਂ ਬਣੀਆਂ ਨੇ ਇਹ ਆਪਣੀ ਟੀਮ ਹਾਂਜੀ ਨਹੀਂ ਤੁਹਾਡਾ ਮਹਿਕਮਾ ਕਿਹੜਾ ਕਿਹੜਾ ਡਿਪਾਰਟਮੈਂਟ ਕਿਹੜਾ ਪੰਜਾਬ ਪੁਲਿਸ ਦਾ ਤੇ ਰੈਂਕ ਕੀ ਰੈਂਕ ਤੁਹਾਡਾ ਰੈਂਕ ਕੀ ਆ ਰੈਂਕ ਮੈਂ ਐਸਆਈ ਆ ਤੇ ਪੋਸਟਿੰਗ ਕਿਹੜੇ ਜ਼ਿਲ੍ਹੇ 'ਚ ਆ ਪੋਸਟਿੰਗ ਆ ਜੀ ਕਿਸੇ ਜ਼ਿਲ੍ਹੇ 'ਚ ਨਹੀਂ ਹੁੰਦੀ ਬੈਲਟ ਨੰਬਰ ਕਿੰਨਾ ਤੁਹਾਡਾ ਉਹ ਤੁਸੀਂ ਛੱਡੋ ਨਾ ਪਹਿਲਾਂ ਗੱਲ ਮੇਰੀ ਬੈਲਟ ਨੰਬਰ ਕਿੰਨਾ ਤੁਹਾਡਾ ਜੀ ਮੇਰੀ ਗੱਲ ਤਾਂ ਸੁਣੋ ਕੀ ਗਲਤੀ ਕੀਤੀ ਹੈ ਨਹੀਂ ਸੀਐਮ ਸਾਹਿਬ ਨੇ ਤਾਂ ਸੜਕ ਸੁਰੱਖਿਆ ਫੋਰਸ ਬਣਾਈ ਆ ਪੁਲਿਸ ਵਾਲਿਆਂ ਦੀ ਨਹੀਂ ਤੇ ਤੁਸੀਂ ਫਿਰ ਕਿਉਂ ਨਹੀਂ ਆਂਦੀ ਜਾਨ ਬਚਾ ਸਕੇ ਆਂਦੀ ਮੇਰੀ ਜਾਨ ਮੇਰੀ ਇੱਕ ਮਿੰਟ ਗੱਲ ਥੱਲੇ ਨਹੀਂ ਕੈਮਰਾ ਨਾ ਫੜੋ ਮੈਂ ਪੱਤਰਕਾਰ ਆ ਕੈਮਰਾ ਨਾ ਫੜੋ ਪੱਤਰਕਾਰ ਆ ਮੇਰੀ ਗੱਲ ਤਾਂ ਸੁਣਨਾ ਦੱਸੋ ਤੁਸੀਂ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ ਆਪਾਂ ਰੋਟੀ ਖਾ ਕੇ ਆਉਂਦੇ ਆ ਕਿ ਬੰਦਾ ਸ਼ਰਾਬ ਪੀ ਕੇ ਗੱਡੀ ਦੇ ਵਿੱਚ ਵੱਜ ਗਿਆ ਤੁਸੀਂ ਸਹੀ ਹੋ ਤੁਹਾਡਾ ਇੱਥੇ ਲੋਕ ਮੰਗ ਕਰ ਰਹੇ ਨੇ ਤੁਹਾਡਾ ਮੈਡੀਕਲ ਕਰਾਇਆ ਜਾਵੇ ਕਹਿੰਦੇ ਕਰਾ ਲਓ ਕਰਾ ਲਓ ਕਰਾ ਲਓ ਬਾਈ ਤੁਹਾਡਾ ਜ਼ਿਲ੍ਹਾ ਅੰਮ੍ਰਿਤਸਰ ਆ ਤੁਸੀਂ ਇੱਧਰ ਕੀ ਕਰਦੇ ਜੀ ਯਾਰ ਆ ਫੋਨ ਕੱਟ ਕੇ ਗੱਲ ਕਰਨਾ ਨਹੀਂ ਤੁਸੀਂ ਕਿਹੜੀ ਡਿਊਟੀ ਸਪੈਸ਼ਲ ਡਿਊਟੀ ਕਿਹੜੀ ਲੱਗੇ ਤੁਹਾਡੀ
ਤੁਸੀਂ ਦੋਸ਼ੀ ਫੜਨੇ ਕਿ ਇੱਥੇ ਹਿੱਟ ਕਰਨੇ ਬੰਦੇ? ਨਹੀਂ ਹਿੱਟ ਕਿਉਂ ਕਰਨਾ, ਵੀ ਜਦੋਂ ਆਪਾਂ ਡਿਊਟੀ ਤੋਂ ਫਾਰਗ ਹੋ ਕੇ ਰੋਟੀ ਵੀ ਖਾਣੀ ਕਿ ਨਹੀਂ ਆਪਾਂ? ਨਹੀਂ ਉਹ ਕਹਿ ਰਹੇ ਕਿ ਸ਼ਰਾਬ ਪੀਤੀ ਤੁਹਾਡੀ? ਕਿਹੜੇ ਬੰਦੇ ਨੇ ਪੀਤੀ? ਕੋਈ ਬੰਦਾ ਚੱਲ ਜੇ ਕਰੇ ਵੀ ਹਾਂਜੀ ਪੀਤੀ, ਤੇ ਉਹ ਦੇਖੋ ਉਹ ਖੜ ਨਹੀਂ ਹੋ ਰਿਹਾ ਤੁਹਾਡੇ ਨਾਲ ਦੇ ਬੰਦੇ, ਉਹ ਕੌਣ ਨੇ ਜੀ? ਉਹ ਤੇ ਹਾਰਟ ਦਾ ਮਰੀਜ਼ ਆ। ਨਹੀਂ ਹਾਰਟ ਦਾ ਮਰੀਜ਼ ਹੈ ਕੌਣ ਨਾਲ ਤੁਹਾਡੇ? ਉਹ ਐਸਆਈਓ ਵੀ ਨਹੀਂ, ਫਿਰ ਉਹ ਡਿੱਗਦੇ ਪਏ ਨੇ, ਉਹਨੂੰ ਸੰਭਲ ਨਹੀਂ ਹੋ ਰਿਹਾ। ਉਹਨੂੰ ਮਰੀਜ਼ ਉਹ ਹਾਰਟ ਦਾ, ਔਰ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਨਾ ਬਰਬਾ ਤੰਗ ਕਰੋ। ਬੀਜੀ ਤੁਹਾਡਾ ਨਾਮ ਕੀ ਹੈ ਜੀ? ਮੈਂ ਕੀ ਸਾਂ। ਹਾਂਜੀ ਤੁਸੀਂ ਗੱਡੀ ਸੀਗੇ? ਮੈਂ ਨਹੀਂ ਗੱਡੀ। ਗੱਡੀ ਕੌਣ ਚਲਾਉਣ ਸੀਗਾ ਜੀ? ਉਹ ਜੀ ਸਾਹਿਬ। ਸਾਹਿਬ ਕਿਹੜੇ ਨੇ ਜੀ? ਹਾਂਜੀ ਸਾਡੀ ਸਾਹਿਬ ਜੀ। ਕੀ ਨਾਮ ਕੀ ਹੈ ਜੀ? ਤੁਸੀਂ ਦੱਸ ਦਿਓ ਕੋਈ ਨਹੀਂ। ਤੁਹਾਡਾ ਐਕਸੀਡੈਂਟ ਕਿਵੇਂ ਹੋਇਆ? ਤੁਸੀਂ ਗੱਡੀ ਚਲਾਉਣ ਜੀ, ਤੁਹਾਨੂੰ ਹੋਸ਼ ਹੋਊਗੀ? ਸਾਨੂੰ ਨਹੀਂ ਪਤਾ, ਹੋਸ਼ ਹੋਊ ਤੁਹਾਨੂੰ ਕੋਈ ਗੱਡੀ? ਸਾਨੂੰ ਨਹੀਂ ਪਤਾ ਕੋਈ। ਡਰਿੰਕ ਕੀਤੀ ਹੈ? ਨਹੀਂ ਕੋਈ ਨਹੀਂ ਲਿਖੀ। ਨਹੀਂ ਫਿਰ ਤੁਸੀਂ ਬੋਲ ਕਰ ਨਹੀਂ ਰਹੇ ਹੋਸ਼ ਚ? ਬੋਲ ਹੀ ਰਹੇ। ਕੌਣ ਨੇ ਸਾਹਿਬ, ਕਿੱਥੇ ਤਨਾਤ ਨੇ ਹੋ? ਨਹੀਂ ਐਕਸੀਡੈਂਟ ਹੋਇਆ, ਜੁਰਮ ਨਹੀਂ? ਨਹੀਂ ਜੁਰਮ ਨਹੀਂ, ਐਕਸੀਡੈਂਟ ਕੋਈ ਜੁਰਮ ਨਹੀਂ ਮੰਨਦੇ ਤੁਸੀਂ? ਤਾਂ ਤੁਸੀਂ ਉਹ ਦੱਸੋ ਕਿੱਥੇ ਅੱਜ ਰੱਖਿਆ? ਕੌਣ ਜੀ? ਜਿਨ ਮਾੜੀ ਵਿੱਚ ਤੁਹਾਡੀ ਗੱਡੀ ਵੱਜੀ ਆ? ਨਹੀਂ ਵਿੱਚ ਮਰ ਗਿਆ ਜਿਹੜਾ ਵੱਜ ਗਿਆ। ਤੁਹਾਡੀ ਗੱਡੀ ਉਹ ਕਿੱਥ ਗਿਆ? ਤੁਸੀਂ ਤਨਾਤ ਕਿੱਥੇ ਹੋ? ਮੇਰੀ ਗੱਲ ਸੁਣੋ ਅੱਛੀ ਦੀ ਮਾਂ ਜੀ, ਉਹ ਦੱਸੋ ਉਹ ਕਿੱਥੋਂ ਆ? ਤੁਹਾਡੇ ਸਾਹਿਬ ਕਿੱਥੇ ਤਨਾਤ ਨੇ ਜੀ? ਜਿਹਦੇ ਵਿੱਚ ਲੱਗੀ ਆ ਗੱਡੀ ਉਹ ਤੁਸੀਂ ਦੱਸੋ ਕਿੱਥੇ ਆ? ਤੁਹਾਡਾ ਬੈਲਟ ਨੰਬਰ ਕਿੰਨਾ ਜੀ? ਆਪਾਂ ਛੱਡੋ ਬੈਲਟ ਛੱਡੋ। ਜ਼ਿਲ੍ਹਾ ਕਿਹੜਾ ਜੀ? ਸਾਡਾ ਹੁਸ਼ਿਆਰਪੁਰ। ਇੱਧਰ ਕੀ ਕਰਦੇ ਸੀ ਤੁਸੀਂ? ਅਸੀਂ ਕੋਈ ਵੀ ਆ। ਹਾਂਜੀ ਤੁਹਾਡੀ ਕੋਈ ਡਿਊਟੀ ਆ ਜਾਂ ਪਰਸਨਲ ਕੰਮ ਆਏ ਸੀ? ਪਰਸਨਲ ਕੰਮ ਆਏ। ਤੇ ਫਿਰ ਜਿਹੜੀ ਆ ਕਹਿੰਦੇ ਤੇਜ਼ ਰਫ਼ਤਾਰ ਸੀ ਗੱਡੀ ਦੀ ਬਹੁਤ ਇੱਥੇ? ਮੈਨੂੰ ਨਹੀਂ ਪਤਾ। ਗੱਡੀ ਦੇ ਵਿੱਚ ਨਹੀਂ ਸੀ ਤੁਸੀਂ? ਮੈਂ ਗੱਡੀ ਵਿੱਚ।